The Harpreet Singh Show ਦੇ ਅੱਜ ਦੇ ਰਿਲੀਜੀਅਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਮੇਰਾ ਸਾਥ ਦੇਣਗੇ ਇਸ ਪ੍ਰੋਗਰਾਮ ਦੇ ਵਿੱਚ ਭਾਈ ਰਾਮ ਸਿੰਘ ਜੀ, ਜਿਹੜੇ ਕਿ ਸਾਡੇ ਮਹਿਮਾਨ ਨੇ ਇੱਥੇ ਇੱਥੇ ਕਈ ਮਹੀਨੇ ਤੋਂ ਆ ਕੇ ਤੁਹਾਡੇ ਨਾਲ ਗੁਰ ਗਿਆਨ ਸਮੁੰਦਰ ਸੀਰੀਜ਼ ਦੇ ਵਿੱਚ ਸਾਂਝ ਪਾ ਰਹੇ ਨੇ। ਮਕਸਦ ਹੈ ਗੁਰੂ ਗ੍ਰੰਥ ਸਾਹਿਬ, ਜਿਸ ਨੂੰ ਕਿ ਅਸੀਂ ਆਪਣਾ ਗੁਰੂ ਮੰਨਦੇ ਹਾਂ, ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਸਾਨੂੰ ਸਮਝ ਆਵੇ। ਬਹੁਤ ਹੀ ਛੋਟੇ ਲੈਵਲ ਤੋਂ ਉੱਤੋਂ ਸਟਾਰਟ ਕਰਕੇ, ਯਾਨੀ ਕਿ ਸਾਨੂੰ ਸਮਝ ਆ ਸਕੇ, ਉਸ ਕਰਕੇ ਬੜੇ ਸਿੰਪਲ ਐਗਜ਼ਾਮਪਲਸ ਲੈਂਦੇ ਨੇ। ਅਤੇ ਅਗੇਨ ਇਹ ਚੀਜ਼ਾਂ ਦਾ ਗੱਲਬਾਤ ਕਰਨ ਦਾ ਮਕਸਦ ਇਹੀ ਹੈ ਕਿ ਘਰਾਂ ਦੇ ਵਿੱਚ ਅਸੀਂ ਸਾਰੇ ਇਹ ਸਮਝ ਸਕੀਏ ਕਿ ਗੁਰੂ ਸਾਨੂੰ ਕੀ ਉਪਦੇਸ਼ ਕਰ ਰਿਹਾ, ਭਾਵੇਂ ਹੈ ਉਹ ਬੱਚਾ ਮੱਧ ਵਰਗ ਦਾ ਜਾਂ ਫਿਰ ਕੋਈ ਬਜ਼ੁਰਗ। ਅੱਜ ਸਮੱਸਿਆ ਕੀ ਆ ਰਹੀ ਹੈ ਕੌਮ ਦੇ ਵਿੱਚ? ਅੱਜ ਪਾਠ ਤਾਂ ਬਹੁਤ ਹੋ ਰਹੇ ਨੇ, ਅਖੰਡ ਪਾਠ ਦੀ ਤਾਂ ਲੜੀਆਂ ਲੱਗੀਆਂ ਹੋਈਆਂ ਨੇ, ਬਹੁਤ ਪ੍ਰਚਾਰ ਹੋ ਰਿਹਾ, ਪਰ ਉਸਦੇ ਬਾਵਜੂਦ ਕੀ ਕਾਰਨ ਹੈ ਕਿ ਅਸੀਂ ਆਮ ਤੌਰ 'ਤੇ ਜਦੋਂ ਗੱਲ ਕਰਦੇ ਹਾਂ ਤਾਂ ਇਹੀ ਕਹਿੰਦੇ ਹਾਂ ਕਿ ਅੱਜ ਅਸੀਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਾਂ? ਪਹਿਲਾਂ ਲੋਕ ਘੱਟ ਪੜ੍ਹੇ ਲਿਖੇ ਹੁੰਦੇ ਸੀ, ਪਰ ਸਿੱਖੀ ਦਾ ਜਜ਼ਬਾ ਜਿਹੜਾ ਸੀ ਉਹ ਸਾਡੇ ਨਾਲੋਂ ਜ਼ਿਆਦਾ ਸੀ। ਅੱਜ ਪ੍ਰਚਾਰ ਬਹੁਤ ਹੋ ਰਿਹਾ, ਪਰ ਅਸੀਂ ਪਿੱਛੇ ਨੂੰ ਜਾ ਰਹੇ ਹਾਂ। ਇਸ ਕਰਕੇ ਇੱਕ ਛੋਟਾ ਜਿਹਾ ਉੱਦਮ ਅਸੀਂ ਕਰ ਰਹੇ ਹਾਂ ਕਿ ਸਾਨੂੰ ਸਮਝ ਆ ਸਕੇ, ਬਰੀਫ ਐਗਜ਼ਾਮਪਲਸ ਲੈ ਕੇ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ। ਇਸ ਵਿੱਚ ਆਓ ਤੁਹਾਨੂੰ ਮੁੜ ਤੋਂ ਜੋੜ ਕੇ ਭਾਈ ਰਾਮ ਸਿੰਘ ਜੀ ਤੋਂ ਜਾਣਕਾਰੀ ਲੈਂਦੇ ਹਾਂ। ਅਤੇ ਪਿਛਲੇ ਹਫ਼ਤੇ ਅਸੀਂ ਗੱਲਬਾਤ ਕਰ ਰਹੇ ਸੀ ਹੁਕਮ ਦਾ ਜਿਹੜਾ ਕੋਨਸੈਪਟ ਹੈਗਾ, ਆਓ ਮੁੜ ਤੋਂ ਤੁਹਾਨੂੰ ਜੋੜੀਏ ਅਤੇ ਸ਼ਾਮਿਲ ਕਰਨੇ ਹਾਂ ਭਾਈ ਰਾਮ ਸਿੰਘ ਜੀ ਦੇ ਨਾਲ। ਭਾਈ ਸਾਹਿਬ ਜੀ, ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਲਾਸਟ ਵੀਕ ਅਸੀਂ ਹੁਕਮ ਦਾ ਕੋਨਸੈਪਟ ਜਿਹੜਾ ਰਜ਼ਾ ਦੀ ਜਿਹੜੀ ਗੱਲ ਅਸੀਂ ਕਰਦੇ ਹਾਂ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਸੀ, ਕਿਉਂਕਿ ਇਹ ਜਿਹੜੀ ਸੀਰੀਜ਼ ਹੈ ਇਸਦੇ ਵਿੱਚ ਤਾਂ ਅਸੀਂ ਇੱਕ ਓਂਕਾਰ ਤੋਂ ਲੈ ਕੇ ਅਖੀਰ ਤੱਕ ਅਸੀਂ ਪਹੁੰਚਣਾ ਹੈ। ਗੁਰੂ ਸਾਹਿਬ ਕਿੰਨਾ ਸਮਾਂ ਲਾਉਂਦੇ ਨੇ ਇਹ ਗੁਰੂ ਹੀ ਜਾਣੇ, ਪਰ ਅਸੀਂ ਇੱਕ ਜਿਹੜਾ ਨਿਮਾਣੀ ਜੀ ਕੋਸ਼ਿਸ਼ ਕਰ ਰਹੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਤਿਆਰੀ ਕਰਕੇ ਇੱਥੇ ਆ ਕੇ ਸਾਡੇ ਨਾਲ ਸਾਂਝ ਪਾ ਰਹੇ ਹੋ। ਵੈਸੇ ਤਾਂ ਤੁਹਾਡੇ ਵਾਸਤੇ ਤਾਂ ਇਹ ਰੋਜ਼ ਦੀ ਗੱਲ ਹੈ, ਕਿਉਂਕਿ ਤੁਸੀਂ ਕੈਂਪਸ ਵੀ ਲਾਉਂਦੇ ਹੋ ਬੱਚਿਆਂ ਦੇ, ਹੋਰ ਵੀ ਤੁਸੀਂ ਫੈਮਿਲੀ ਕੈਂਪਸ ਵੀ ਲਾਉਂਦੇ ਹੋ। ਸੋ ਆਓ ਸ਼ੁਰੂਆਤ ਕਰਦੇ ਹਾਂ ਹੁਕਮ ਦੀ ਰਜ਼ਾ ਦੇ ਕੋਨਸੈਪਟ ਤੋਂ, ਥੋੜ੍ਹਾ ਜਿਹਾ ਸਾਨੂੰ ਇਸ ਬਾਰੇ ਹੋਰ ਐਕਸਪਲੇਨ ਕਰੋ। ਥੈਂਕ ਯੂ ਤੁਹਾਡਾ ਵੀਰ ਜੀ, ਅਤੇ ਵਿਸ਼ੇਸ਼ ਥੈਂਕ ਯੂ ਸਾਡੇ ਦਰਸ਼ਕਾਂ ਦਾ। ਜਿਹੜੀ ਗੱਲ ਤੁਸੀਂ ਸ਼ੁਰੂਆਤ ਕੀਤੀ ਸੀ, ਮੈਂ ਥੋੜ੍ਹੀ ਜ਼ੋਰ ਟੱਚ ਕਰਨੀ ਚਾਹਾਂਗਾ ਜੀ। ਅੱਜ ਸਾਡਾ ਇੱਕ ਡਰਾਬੈਕ ਹੈ, ਕੁਝ ਵਿਅਕਤੀ ਜਿਨ੍ਹਾਂ ਦੀ ਆਪਣੀ ਆਮਦਨ ਸਿਰਫ ਕਰਮ ਕਾਂਡ 'ਤੇ ਖੜੀ ਹੈ ਜੀ, ਉਹ ਗੁਰਬਾਣੀ ਵਿਚਾਰੇ ਪੜ੍ਹ ਸਕਦੇ ਨੇ, ਗਾ ਸਕਦੇ ਨੇ, ਪਰ ਉਹਨਾਂ ਤੋਂ ਉਹਨਾਂ ਨੂੰ ਅਰਥ ਨਹੀਂ ਪਤਾ ਅਤੇ ਸਮਝਾ ਨਹੀਂ ਸਕਦੇ, ਤਾਂ ਉਹ ਫਿਰ ਉਹ ਜਦੋਂ ਦੱਸਦੇ ਨੇ ਤਾਂ ਉੱਥੋਂ ਕੁ ਤੱਕ ਹੀ ਦੱਸਦੇ ਨੇ ਅਤੇ ਲੋਕ ਉੱਥੋਂ ਕੁ ਤੱਕ ਹੀ ਸੁਣਨ 'ਚ ਰਹਿ ਗਏ ਨੇ। ਰਾਈਟ। ਕਈ ਵਾਰੀ ਸੰਸਥਾਵਾਂ ਜਾਂ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ, ਸਾਡੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਦਾ ਇੱਥੋਂ ਕੁ ਤੱਕ ਰਹਿ ਗਿਆ ਕਿ ਉਸ ਵਿੱਚੋਂ ਸਾਨੂੰ ਆਮਦਨ ਆਉਂਦੀ ਰਹੇ ਅਤੇ ਸਾਡੇ ਖਰਚੇ ਚੱਲਦੇ ਰਹਿਣ। ਸੰਗਤ ਆਉਂਦੀ ਹੈ ਭਾਵੇਂ ਉਹ ਲੰਗਰ ਹਾਲ 'ਚ ਹੀ ਬੈਠੀ ਹੈ, ਉੱਪਰ ਭਾਵੇਂ ਦੋ ਚਾਰ ਬਜਾਣੀ ਬੈਠੇ ਨੇ, ਉਹਨਾਂ ਨੂੰ ਕੋਈ ਸਰੋਕਾਰ ਨਹੀਂ ਜੀ। ਜਿਹਦਾ ਕਰਕੇ ਜੋ ਗਿਆਨ ਦਾ ਖਜ਼ਾਨਾ ਸੰਗਤ ਤੱਕ ਪਹੁੰਚਣਾ ਚਾਹੀਦਾ ਸੀ ਉਹ ਨਹੀਂ ਪਹੁੰਚ ਪਾ ਰਿਹਾ। ਰਾਈਟ। ਦੂਸਰੀ ਗੱਲ, ਮੈਨੂੰ ਨਹੀਂ ਲੱਗਦਾ ਕਿ ਸੰਗਤ ਨਹੀਂ ਚਾਹੁੰਦੀ, ਸੰਗਤ ਚਾਹੁੰਦੀ ਹੈ, ਕਈ ਵਾਰੀ ਸੰਗਤ ਨੂੰ ਪਲੇਟਫਾਰਮ ਨਹੀਂ ਮਿਲਦਾ ਬਿਲਕੁਲ, ਜਾਂ ਸੰਗਤ ਤੱਕ ਪਹੁੰਚ ਨਹੀਂ ਪੈਂਦੀ। ਜੋ ਦੱਸਿਆ ਜਾ ਰਿਹਾ ਜਾਂ ਜੋ ਦੱਸਿਆ ਗਿਆ ਕਈ ਸਦੀਆਂ ਤੋਂ ਇਹ ਜਿਹੜਾ ਕੋਨਸੈਪਟ ਚੱਲ ਰਿਹਾ ਉਹ ਤੋਂ ਕਈ ਅਸੀਂ ਫਸੇ ਰਹਿ ਗਏ ਕਿ ਪਾਠ ਕਰ ਲਓ ਤੁਸੀਂ, ਨਿਤਨੇਮ ਕਰਨਾ ਬਹੁਤ ਜ਼ਰੂਰੀ ਹੈ, ਪਰ ਨਿਤਨੇਮ ਦੇ ਵਿੱਚ ਅਸੀਂ ਕੀ ਸਮਝਣਾ, ਗੁਰੂ ਕੀ ਕਹਿ ਰਿਹਾ ਉਹ ਸ਼ਾਇਦ ਸਾਨੂੰ ਦੱਸਿਆ ਨਹੀਂ ਗਿਆ। ਜਾਂ ਇਹਨੂੰ ਆਪਾਂ ਇੱਦਾਂ ਕਹਿ ਲਓ ਕਿ ਸੋਚ ਕੇ ਦੇਖੋ ਕਿ ਅਸੀਂ ਆਪਣੇ ਬੇਟੇ ਨੂੰ ਬੇਟੀ ਨੂੰ ਸਕੂਲ ਭੇਜਿਆ ਜੀ, ਇੱਕ ਦਿਨ, ਦੋ ਦਿਨ, ਹਫ਼ਤਾ, ਦੋ ਹਫ਼ਤੇ, 6 ਮਹੀਨੇ ਹੋ ਗਏ, ਪੁੱਤ ਉੱਥੋਂ ਊੜਾ ਐੜਾ ਸਿੱਖਿਆ ਆ, ABC ਸਿੱਖ ਲਈ, ਉਹ ਕਹਿੰਦਾ ਨਹੀਂ ਸਿੱਖੀ, ਤਾਂ ਸਾਡੇ ਮਨ 'ਚ ਕੀ ਜਾਏਗਾ? ਰਾਈਟ। ਫਿਰ ਅਸੀਂ ਜ਼ਰੂਰ ਦੇਖਾਂਗੇ ਫਾਲਟ ਕਿੱਥੇ ਹੈ, ਕੀ ਸਿਖਾਉਣ ਵਾਲੇ 'ਚ ਹੈ ਜਾਂ ਸਿੱਖਣ ਵਾਲੇ 'ਚ, ਅਤੇ ਜਾਂ ਫਿਰ ਉਸ ਇੰਸਟੀਚਿਊਟ 'ਚ ਹੈ, ਤਿੰਨਾਂ ਦਾ ਅਸੀਂ ਹੱਲ ਲੱਭਦੇ ਹਾਂ ਜੀ। ਜੇ ਮੰਨ ਲਓ ਟੀਚਰ ਸਿਖਾਉਣ ਵਾਲਾ ਨਹੀਂ ਹੈ ਤਾਂ ਅਸੀਂ ਟੀਚਰ ਚੇਂਜ ਕਰਦੇ ਹਾਂ, ਜੇ ਸਿੱਖਣ ਵਾਲੇ 'ਚ ਤਾਂ ਅਸੀਂ ਉਹਨੂੰ ਕਹਿੰਦੇ ਤੂੰ ਸਿੱਖਣਾ ਸ਼ੁਰੂ ਕਰ, ਜੇ ਸਕੂਲ 'ਚ ਤਾਂ ਅਸੀਂ ਸਕੂਲ ਚੇਂਜ ਕਰ ਦਿੰਦੇ ਹਾਂ, ਤਾਂ ਇਹਦਾ ਮਤਲਬ ਇਹਦੀ ਲੋੜ ਤਾਂ ਹੈ, ਔਰ ਅੱਜ ਤਾਂ ਮੇਰੇ ਖਿਆਲ 'ਚ ਲੋੜ ਹੋਰ ਬਹੁਤ ਵੱਧ ਰਹੀ ਹੈ ਵੀਰ ਜੀ, ਜਿਸ ਤਰ੍ਹਾਂ ਦਾ ਸਮਾਜ ਅੰਦਰ ਜੋ ਮਾਹੌਲ ਬਣਦਾ ਜਾ ਰਿਹਾ ਜੀ, ਹਰ ਪੇਰੈਂਟਸ ਦਾ ਮਨ ਧੜਕਦਾ ਪਿਆ ਕਿਤੇ ਮੇਰਾ ਬੱਚਾ ਕੁਸੰਗ ਵਿੱਚ ਨਾ ਚੱਲਿਆ ਜਾਵੇ, ਅਤੇ ਸ਼ੁਕਰ ਸਤਿਗੁਰ ਸੱਚੇ ਪਾਤਸ਼ਾਹ ਦਾ ਉਹਨਾਂ ਨੇ ਆਪਾਂ ਨੂੰ ਇਹ ਪਲੇਟਫਾਰਮ ਦਿੱਤਾ। ਇਸ ਪਲੇਟਫਾਰਮ ਦੇ ਵਿੱਚ ਆਪਾਂ ਜਦੋਂ ਇੱਥੇ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ ਜੀ, ਅਤੇ ਜੋ ਫੀਡਬੈਕ ਮੇਰੇ ਕੋਲ, ਜੋ ਫੀਡਬੈਕ ਤੁਹਾਡੇ ਕੋਲ ਆ ਰਹੀ ਹੈ, ਸਾਡੇ ਦਰਸ਼ਕ ਜਿਹੜੇ ਨੇ ਕਾਪੀ ਪੈੱਨ ਲੈ ਕੇ ਵੀ ਬੈਠਦੇ ਨੇ ਜੀ, ਜੀ ਬੱਚੇ ਵੀ ਕਾਪੀ ਪੈੱਨ ਲੈ ਕੇ ਬੈਠਦੇ ਨੇ, ਅਤੇ ਮੈਂ ਤਾਂ ਇੱਕ ਸੁਝਾਅ ਦੇਵਾਂਗਾ, ਆਪਾਂ ਸ਼ਾਇਦ ਹੋ ਸਕਦਾ 6 ਮਹੀਨਿਆਂ ਤੱਕ ਆਪਾਂ ਇੱਕ ਪ੍ਰਾਈਜ਼ ਹੀ ਰੱਖੀਏ ਜੀ, ਬਿਲਕੁਲ, ਕਿ ਬੱਚੇ ਜਿਹੜੇ ਨੇ ਉਹ ਨੋਟਸ ਬਣਾ ਕੇ ਸਾਨੂੰ ਫੋਟੋ ਖਿੱਚ ਕੇ ਵਟਸਐਪ 'ਤੇ ਭੇਜਣ, ਰਾਈਟ, ਅਤੇ ਜਿਹਦਾ ਵਧੀਆ ਨੋਟਸ ਹੋਏਗਾ ਆਪਾਂ ਉਹਨਾਂ ਨੂੰ ਕੋਈ ਨਾ ਕੋਈ ਬਿਲਕੁਲ ਗਿਫਟ ਜਿਹੜੀ ਦੇਈਏ, ਜਾਂ ਉਹਨੂੰ ਉਤਸ਼ਾਹਿਤ ਕਰਨ ਵਾਸਤੇ
ਜਿਹੜਾ ਹੈ ਉਹਦਾ ਨਾਮ ਅਨਾਊਂਸ ਕਰਦਿਆਂ ਕਰਾਂਗੇ ਇੱਥੋਂ ਇਸ ਬੱਚੇ ਦਾ, ਅਤੇ ਅੱਜ ਜਿਹੜੀਆਂ ਲੋੜਾਂ ਨੇ ਉਹਦੇ 'ਤੇ ਵਰਕ ਕੀਤਾ ਜਾਵੇ। ਸ਼ੁਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ। ਆਪਾਂ ਪਿਛਲੇ ਹਫ਼ਤੇ ਡਿਸਕਸ ਕਰ ਰਹੇ ਸੀ ਵਾਹਿਗੁਰੂ ਜੀ ਦਾ ਬਣਾਇਆ ਹੋਇਆ ਹੁਕਮ, ਸਾਡੇ ਅੰਦਰ ਉਹਦਾ ਪ੍ਰੋਸੈਸ ਚੱਲਦਾ ਹੈ, ਠੀਕ, ਜੋ ਅੰਦਰ ਪ੍ਰੋਸੈਸ ਚੱਲਦਾ ਉਹਦਾ ਰਿਜ਼ਲਟ ਬਾਹਰ ਆਉਂਦਾ ਹੈ। ਬਾਹਰ ਜਦੋਂ ਅਸੀਂ ਦੇਖਦੇ ਹਾਂ ਵੀ ਰਿਸ਼ਤੇ ਅੱਜ ਤਿੜਕ ਰਹੇ ਨੇ ਜੀ, ਅੱਜ ਤੁਸੀਂ ਜਿੱਦਾਂ ਵੱਡਾ ਮਰਜ਼ੀ ਇਕੱਠ ਹੋਵੇ ਉੱਥੇ ਕਦੀ ਇਹ ਸਵਾਲ, ਮੈਂ ਆਮ ਤੌਰ 'ਤੇ ਕਥਾ ਵਿੱਚ ਜਾਂ ਮੇਰੀਆਂ ਜਿਹੜੀਆਂ ਫੈਮਿਲੀ ਵਰਕਸ਼ਾਪਸ ਨੇ ਮੈਂ ਉਸ ਵਿੱਚ ਨਾ ਆਮ ਤੌਰ 'ਤੇ ਇੱਕ ਸਟਾਈਲ ਵਰਤਦਾ ਹੁੰਦਾ ਕਿ ਮੈਂ ਛੋਟੇ ਛੋਟੇ ਸਵਾਲ ਰੱਖਾਂਗਾ, ਤੁਸੀਂ ਸਿਰ ਹਿਲਾ ਕੇ ਹਾਂ ਜਾਂ ਨਾ ਦਾ ਇਸ਼ਾਰਾ ਦੇਣਾ। ਯੈਸ ਔਰ ਨੋ ਕਹਿਣਾ ਬੜਾ ਸੌਖਾ ਹੈ ਕਿਉਂਕਿ ਸੰਗਤ ਵਿੱਚ ਬੈਠੇ ਵੀ ਇੱਦਾਂ ਅਤੇ ਜਾਂ ਇੱਦਾਂ ਉਹ ਦੱਸਦੇ ਨੇ ਜੀ। ਅਤੇ ਜਦੋਂ ਮੈਂ ਉਹਨਾਂ ਦੇ ਸਾਹਮਣੇ ਸਵਾਲ ਰੱਖਦਾ ਵੀ ਅੱਜ ਤੋਂ 20-30-40 ਸਾਲ ਪਹਿਲਾਂ ਜਿਹੜਾ ਪਿਆਰ ਸੀ ਕੀ ਅੱਜ ਉਹ ਪਿਆਰ ਰਿਹਾ, ਅਤੇ ਸਾਰੇ ਸਿਰ ਹਿਲਾਉਂਦੇ ਨੇ ਵੀਰ ਜੀ ਵੀ ਨਹੀਂ ਰਿਹਾ। ਰਾਈਟ। ਮੇਰਾ ਦੂਸਰਾ ਸਵਾਲ ਹੁੰਦਾ ਕਿ ਅੱਜ ਦਿਲਾਂ ਦੀ ਖਾਰ ਨਹੀਂ ਵੱਧ ਰਹੀ ਇੱਕ ਦੂਸਰੇ ਪ੍ਰਤੀ, ਬੇਵਿਸ਼ਵਾਸੀ ਨਹੀਂ ਬਣ ਰਹੀ, ਅਤੇ ਸਾਰੇ ਕਹਿੰਦੇ ਨੇ ਵੀ ਹਾਂ ਵੱਧ ਰਹੀ ਹੈ, ਅਤੇ ਫਿਰ ਕੀ ਚੁੱਪ ਕਰਕੇ ਬੈਠੇ ਰਹੀਏ? ਮੇਰੇ ਗੁਰੂ ਪਾਤਸ਼ਾਹ ਦਾ ਖਜ਼ਾਨਾ ਪਹੁੰਚਾਇਆ ਜਾਵੇ ਜੀ, ਤਾਂ ਉਹਦੇ 'ਚੋਂ ਬੜੀ ਸੋਹਣੀ ਇੱਕ ਬਾਤ ਨਿਖਰ ਕੇ ਆ ਰਹੀ ਹੈ ਕਿ ਬਾਹਰ ਰਿਸ਼ਤਾ ਬਾਅਦ ਵਿੱਚ ਟੁੱਟਦਾ ਹੈ, ਅੰਦਰ ਉਹ ਪਹਿਲਾਂ ਟੁੱਟ ਜਾਂਦਾ ਹੈ ਜੀ। ਇਹਦਾ ਰੱਬ ਦਾ ਪ੍ਰੋਸੈਸ, ਰੱਬ ਦਾ ਹੁਕਮ ਸਾਡੇ ਅੰਦਰ ਚੱਲ ਰਿਹਾ। ਅਤੇ ਆਪਾਂ ਇੱਕ ਪੰਕਤੀ ਲਾਸਟ ਵੀਕ ਵਿਚਾਰੀ ਸੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਜੋ ਕੁਛ ਵੀ ਬਾਹਰ ਬਦਲ ਰਿਹਾ, ਨਵਾਂ ਪੈਦਾ ਹੋ ਰਿਹਾ, ਉਹਦੇ ਪਿੱਛੇ ਸਾਡੇ ਅੰਦਰਲਾ ਚੱਲਦਾ ਹੋਇਆ ਪ੍ਰੋਸੈਸ ਵਰਕਿੰਗ ਕਰ ਰਿਹਾ। ਇਹਨੂੰ ਆਪਾਂ ਥੋੜ੍ਹਾ ਜਿਹਾ ਹੋਰ ਸਮਝਣਾ ਹੋਵੇ ਤਾਂ ਅਗਲੀ ਪੰਕਤੀ ਵਿੱਚ ਕਮਾਲ ਹੀ ਕੀਤੀ ਪਈ ਹੈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਹੁਣ ਆਮ ਤੌਰ 'ਤੇ ਜਦੋਂ ਆਪਾਂ ਇੰਗਲਿਸ਼ ਟਰਾਂਸਲੇਸ਼ਨ ਦੇਖ ਰਹੇ ਹਾਂ ਨਾ, ਉਹਦੇ 'ਤੇ ਜੀ ਦੇ ਅਰਥ ਨਾ ਉਹਨਾਂ ਸੋਲ ਕੀਤੇ ਹੋਏ ਆਤਮਾ, ਪਰ ਕਈ ਵਾਰੀ ਨਾ ਆਪਾਂ ਜਿਵੇਂ ਸ਼ੁਰੂਆਤ ਵਿੱਚ ਗੱਲ ਵਿਚਾਰੀ ਸੀ, ਕੋਈ ਵੀ ਫਾਈਨਲ ਵਰਜ਼ਨ ਨਾ ਮੰਨੋ, ਬਿਲਕੁਲ ਖੁਦ ਸਮਝਣ ਦੀ ਯਤਨ ਕਰੋ। ਤਿੰਨ ਚੀਜ਼ਾਂ ਨੇ ਵੀਰ ਜੀ, ਇੱਕ ਹੈ ਸਾਡੀ ਆਤਮਾ, ਜਿੰਨਾ ਚਿਰ ਹੈ ਉਹਨਾਂ ਚਿਰ ਸਰੀਰ ਹੈ, ਦੂਸਰਾ ਸਰੀਰ, ਤੀਸਰਾ ਇੱਕ ਵਿੱਚ ਹੋਰ ਹੈ, ਉਹ ਹੈ ਸਾਡਾ ਅੰਦਰਲਾ ਜੀਵਨ। ਐਕਚੁਲੀ ਜੀ ਉਹ ਹੈ ਅੰਦਰਲਾ ਜੀਵਨ, ਰਾਈਟ। ਉਸੇ ਕਰਕੇ ਹੀ ਵਡਿਆਈ ਮਿਲਣੀ ਹੈ। ਦੇਖੋ ਇੱਕ ਬੰਦਾ ਕੁਛ ਕਰਨਾ ਚਾਹੁੰਦਾ ਹੈ, ਉਹਨੇ ਬੜਾ ਯਤਨ ਕੀਤਾ, ਸਫਲ ਨਹੀਂ ਹੋਇਆ, ਦੂਸਰੇ ਨੇ ਕੋਸ਼ਿਸ਼ ਕੀਤੀ ਸਫਲ ਨਹੀਂ ਹੋਇਆ, ਤੀਸਰਾ ਬੰਦਾ ਆਇਆ ਉਹਨੇ ਥੋੜ੍ਹੇ ਯਤਨਾਂ ਨਾਲ ਜ਼ਿਆਦਾ ਸਫਲਤਾ ਆ ਗਈ, ਕਾਰਨ ਕੀ ਹੈ? ਕਾਰਨ ਉਹਦਾ ਅੰਦਰਲਾ ਜੀਵਨ। ਉਹ ਅੰਦਰਲਾ ਜੀਵਨ ਕਿਵੇਂ ਬਣਦਾ ਹੈ ਤਾਂ ਰੱਬ ਦਾ ਇੱਕ ਪ੍ਰੋਸੈਸ, ਐਵੇਂ ਥੋੜ੍ਹੀ ਬਣੇਗਾ ਜੀ। ਕੌਣ ਕਿਸ ਕੰਮ ਨੂੰ ਕਿਤਨਾ ਸੁਰੈਂਡਰ ਹੈ, ਦੇਖੋ ਰੁਜ਼ਗਾਰ ਹੈ, ਕੰਮ ਕੀਤਾ ਜਾਂਦਾ, ਉਹਦੇ ਬਦਲੇ ਉਹਨੂੰ ਸੈਲਰੀ ਮਿਲਣੀ ਹੈ, ਪੈਸੇ ਮਿਲਣੇ ਨੇ, ਇਹ ਤਾਂ ਸਾਰਿਆਂ ਲਈ ਹੈ, ਪਰ ਇੱਕ ਬੰਦਾ ਫੁੱਲੀ ਡੈਡੀਕੇਟਡ ਹੈ, ਆਤਮ ਸਮਰਪਿਤ ਹੈ, ਇੱਕ ਬੰਦਾ ਬੱਧਾ ਚੱਟੀ 'ਚ ਕਰ ਰਿਹਾ ਤਾਂ ਦੋਨਾਂ 'ਤੇ ਉਹਦਾ ਨਿਜ਼ਮ ਲਾਗੂ ਹੁੰਦਾ ਹੈ ਜੀ। ਉਸ ਦੇ ਹੁਕਮ ਦੇ ਵਿੱਚ ਅੰਦਰ ਜਿਹੜਾ ਹੈ ਉਹ ਇੱਕ ਸੁਭਾਅ ਬਣ ਰਿਹਾ, ਅੰਦਰਲਾ ਜੀਵਨ ਬਣ ਰਿਹਾ, ਉਸ ਅੰਦਰਲੇ ਜੀਵਨ 'ਤੇ ਵਡਿਆਈ ਮਿਲਦੀ ਹੈ। ਹੁਣ ਹੁੰਦਾ ਕੀ ਹੈ, ਸਕੂਲ ਵਿੱਚ ਅਸੀਂ ਬੱਚੇ ਨੂੰ ਭੇਜਦੇ ਹਾਂ, ਬੇਟੇ ਨੂੰ ਬੇਟੀ ਨੂੰ ਆ ਕੇ ਪੁੱਛਦੇ ਹਾਂ ਤੇਰੇ ਮਾਰਕਸ ਕਿੰਨੇ ਆ, ਠੀਕ ਹੈ, ਰਾਈਟ, ਉਹਦੇ ਮਾਰਕਸ 90% ਆ ਜਾਂਦੇ ਨੇ ਅਤੇ ਤਦ ਵੀ ਅਸੀਂ ਉਹਨੂੰ ਕਹਿੰਦੇ ਵੀ ਤੂੰ 95 'ਤੇ ਪਹੁੰਚ, 95 ਆ ਜਾਂਦੇ ਅਤੇ ਅਸੀਂ ਕਹਿੰਦੇ 100 'ਤੇ ਪਹੁੰਚ, ਠੀਕ ਹੈ, ਅਸੀਂ ਉਹਦੇ ਨਾਲ ਕੇਵਲ ਮਾਰਕਸ ਦੀ ਗੱਲ ਕਰ ਰਹੇ ਹਾਂ। ਕੀ ਕਦੀ ਅਸੀਂ ਇਹ ਗੱਲ ਕੀਤੀ ਬੇਟਾ ਤੂੰ ਉੱਥੇ ਕਿੰਨਿਆਂ ਕਦੀ ਹੈਲਪ ਕੀਤੀ, ਰਾਈਟ, ਤੂੰ ਸੋਸਾਇਟੀ ਲਈ ਕੀ ਕੀਤਾ? ਕਿਉਂਕਿ ਜਿਹੜੀ ਵਡਿਆਈ ਹੈ ਉਹ ਵਡਿਆਈ ਤਾਂ ਉਸ ਪ੍ਰੋਸੈਸ ਵਿੱਚੋਂ ਮਿਲਣੀ ਹੈ। ਇੱਕ ਬੰਦਾ ਕਹਿੰਦਾ ਜੀ ਮੈਂ ਘਰ ਬਣਾਇਆ ਜੀ, ਮੈਂ ਆਪਣੇ ਬੱਚਿਆਂ ਨੂੰ ਪੜ੍ਹਾਇਆ, ਵੈਲ ਸੈਟਲਡ ਕਰ ਦਿੱਤਾ। ਇੱਕ ਵਿਦਵਾਨ ਸੱਜਣ ਕਹਿੰਦਾ ਤਾਂ ਚਿੜੀਆਂ ਵੀ ਕਰ ਗਈਆਂ, ਤੂੰ ਅੱਗੇ ਬੋਲ। ਚਿੜੀਆਂ ਨੇ ਜ਼ਿੰਦਗੀ 'ਚ ਕਿੰਨੇ ਵਾਰੀ ਘਰ ਬਣਾਇਆ, ਆਲ੍ਹਣਾ ਬਣਾਇਆ, ਆਪਣੇ ਬੱਚਿਆਂ ਨੂੰ ਉੱਡਣਾ ਸਿਖਾ ਗਈਆਂ, ਉਹ ਇਹ ਕੋਈ ਬਹੁਤੀ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਤਾਂ ਇਹ ਹੈ ਕਿ ਆਪਣੇ ਬੱਚੇ ਨੂੰ ਐਸੇ ਸੰਸਕਾਰ ਦਿੱਤੇ, ਐਸੇ ਸੰਸਕਾਰ ਦਿੱਤੇ, ਉਹ ਬੱਚਾ ਦੁਨੀਆਂ 'ਤੇ ਨਾਮ ਰੋਸ਼ਨ ਕਰ ਗਿਆ, ਪਰਿਵਾਰ ਦਾ ਨਾਮ ਰੋਸ਼ਨ ਕਰ ਗਿਆ। ਮੇਰਾ ਖਿਆਲ ਹੈ ਵੀ ਜਦੋਂ ਕੁਛ ਵਿਅਕਤੀ ਹਾਈਐਸਟ ਪੋਸਟ 'ਤੇ ਜਾਂਦੇ ਨੇ ਉਸ ਤੋਂ ਪਹਿਲਾਂ ਉਹਨਾਂ ਦੇ ਮੰਮੀ ਡੈਡੀ ਨੂੰ ਕੋਈ ਨਹੀਂ ਜਾਣਦਾ ਹੁੰਦਾ ਜੀ, ਜਦੋਂ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਮੰਮੀ ਡੈਡੀ ਦਾ ਵੀ ਨਾਮ ਚਲਾ ਜਾਂਦਾ। ਉਹਦੇ ਪਿੱਛੇ ਉੱਥੋਂ ਤੱਕ ਪਹੁੰਚਣ ਦੇ ਲਈ ਉਹ ਦੋਨਾਂ ਦਾ ਮਾਪਿਆਂ ਦੇ ਅੰਦਰ ਵੀ ਸੋਚ ਵਿਚਾਰ ਸੁਭਾਅ ਅਤੇ ਡੀਲਿੰਗ ਉਹ ਪ੍ਰੋਸੈਸ ਚੱਲ ਰਿਹਾ ਸੀ, ਉਹਦੇ ਅੰਦਰ ਵੀ ਉਹ ਪ੍ਰੋਸੈਸ ਚੱਲ ਰਿਹਾ ਸੀ ਜੀ। ਅਤੇ ਅਸੀਂ ਬੱਚਿਆਂ ਨੂੰ ਬਚਪਨ ਤੋਂ ਕੋਸ਼ਿਸ਼ ਕਰੀਏ ਟੀਨ ਏਜ ਤੱਕ ਇੱਕ ਗੱਲ ਸਮਝਾ ਦਈਏ
ਬੇਟਾ ਕਮਾਈ ਕਰ ਲੈਣੀ, ਪੈਸਾ ਬਣਾ ਲੈਣਾ, ਪ੍ਰੋਪਰਟੀ ਬਣਾ ਲੈਣੀ ਬਹੁਤੀ ਵੱਡੀ ਪ੍ਰਾਪਤੀ ਨਹੀਂ ਹੈ। ਬਹੁਤੀ ਵੱਡੀ ਪ੍ਰਾਪਤੀ ਤਾਂ ਇਹ ਹੈ ਕਿ ਤੁਹਾਡਾ ਨਾਮ ਦੁਨੀਆਂ ਦੀ ਜ਼ਬਾਨ ਤੇ ਆਵੇ, ਲੋਕ ਕਹਿਣ ਵੀ ਇਹਦੇ ਵਰਗਾ ਜੀਵਨ ਵਾਹ, ਤੁਸੀਂ ਆਈਕੋਨ ਬਣੋ ਦੁਨੀਆਂ ਦੇ ਲਈ। ਉਹਦੇ ਲਈ ਰੱਬ ਦੇ ਉਸ ਹੁਕਮ ਨੂੰ ਪਿੱਛੇ ਕਿਹਾ, ਉਹਨੂੰ ਸਮਝਣਾ ਹੈ, ਹੁਕਮ ਅਨੁਸਾਰ ਜਿਉਣਾ ਹੈਗਾ, ਉਸ ਵਿੱਚੋਂ ਵਡਿਆਈ ਮਿਲੇਗੀ। ਹੁਣ ਅਗਲੀ ਪੰਕਤੀ ਵਿੱਚ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਏ, ਉਹਦਾ ਜਿਹੜਾ ਅੰਦਰ ਪ੍ਰੋਸੈਸ ਚੱਲ ਰਿਹਾ, ਉਸ ਪ੍ਰੋਸੈਸ ਦੇ ਵਿੱਚ ਜੇ ਤਾਂ ਉਹਦਾ ਸੁਭਾਅ ਗੁਣਾਂ ਵਾਲੇ ਪਾਸੇ ਦਾ ਹੈ, ਉਹਦੀ ਸੋਚ ਗੁਣਾਂ ਵਾਲੇ ਪਾਸੇ ਚੱਲ ਰਹੀ ਹੈ, ਵਿਚਾਰ ਗੁਣਾਂ ਦੇ ਚੱਲ ਰਹੇ ਹੈ, ਤਾਂ ਉਹਨੂੰ ਦੁਨੀਆਂ ਕਹੇਗੀ ਉੱਤਮ, ਬਹੁਤ ਵਧੀਆ ਜੀ, ਬਹੁਤ ਚੰਗਾ। ਅਤੇ ਜੇ ਉਹਦਾ ਸੁਭਾਅ ਬੁਰੇ ਪਾਸੇ ਚੱਲ ਰਿਹਾ, ਵਿਕਾਰਾਂ ਵਾਲੇ ਪਾਸੇ ਉਹਦੀ ਸੋਚ ਚੱਲ ਰਹੀ ਹੈ, ਤਾਂ ਫਿਰ ਉਹ ਦੁਨੀਆਂ 'ਤੇ ਨੀਚ ਕਿਹਾ ਜਾਏਗਾ। ਠੀਕ। ਪੇਰੈਂਟਸ ਕਹਿੰਦੇ ਨੇ ਪੁੱਤ ਧੀਏ ਉਹਨਾਂ ਬੱਚਿਆਂ ਦਾ ਸੰਗ ਨਾ ਕਰ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਕੁਛ ਐਸਾ ਹੈ ਜਿਹੜਾ ਉਹ ਨੈਗੇਟਿਵ ਵਾਲੇ ਪਾਸੇ ਜਾ ਰਹੇ ਨੇ, ਉਹਨਾਂ ਦੇ ਬਾਹਰ ਨੈਗੇਟਿਵ ਹੈ। ਐਬਸੋਲੂਟਲੀ। ਤੇ ਉਸ ਪ੍ਰੋਸੈਸ ਵਿੱਚ ਉਹ ਨੀਚ ਕਹਾਏ ਨੇ। ਸੋ ਉਹ ਪ੍ਰੋਸੈਸ ਨੂੰ ਸਮਝਣਾ, ਆਪਣੇ ਅੰਦਰ ਉਹ ਪਰਿਵਰਤਨ ਲਿਆਉਣਾ, ਉਹ ਹੁਕਮ ਦੇ ਨਾਲ ਅਲਾਈਨਮੈਂਟ ਜਦੋਂ ਹੋਏਗੀ ਤਾਂ ਆਟੋਮੈਟਿਕਲੀ ਅਸੀਂ ਸਹੀ ਰਸਤੇ 'ਤੇ ਤੁਰਨਾ ਸ਼ੁਰੂ ਕਰਾਂਗੇ। ਨਹੀਂ ਭਾਈ ਸਾਹਿਬ, ਥੋੜ੍ਹੀ ਜਿਹੀ ਬ੍ਰੇਕ, ਵਾਪਸ ਆ ਕੇ ਆਪ ਜੀ ਤੋਂ ਹੋਰ ਜਾਣਕਾਰੀ ਲੈਂਦੇ। ਪ੍ਰੋਫੈਸ਼ਨਲ ਕਰਟੀਅਸ ਕਸਟਮਰ ਸਰਵਿਸ ਲਈ ਜਾਣਿਆ ਜਾਂਦਾ ਹੈ ਤਾਜ ਪਾ ਕਨਵੈਨਸ਼ਨ ਸੈਂਟਰ, ਜਿੱਥੇ ਤੁਸੀਂ 700 ਤੋਂ ਲੈ ਕੇ 1200 ਵਿਅਕਤੀਆਂ ਲਈ ਬਰਥਡੇ, ਐਨੀਵਰਸਰੀ, ਬ੍ਰਾਈਡਲ ਸ਼ਾਵਰ, ਇੰਗੇਜਮੈਂਟ, ਵੈਡਿੰਗ ਜਾਂ ਆਫਿਸ ਪਾਰਟੀ, ਐਗਜ਼ੀਬਿਸ਼ਨਸ, ਪ੍ਰੋਡਕਟ ਲਾਂਚਸ ਤੇ ਕਾਰਪੋਰੇਟ ਈਵੈਂਟਸ ਕਰਵਾ ਸਕਦੇ ਹੋ। ਖੂਬਸੂਰਤ ਇੰਟੀਰੀਅਰ ਤੇ ਬਿਹਤਰੀਨ ਅਮੈਨਿਟੀਜ਼, ਲਾਜਵਾਬ ਖਾਣਾ, ਫਰੈਂਡਲੀ ਸਟਾਫ, ਸਪੇਸ਼ੀਅਸ ਬੈਂਕਟ ਹਾਲ, ਖੁੱਲੀ ਪਾਰਕਿੰਗ ਤੁਹਾਨੂੰ ਇੱਥੇ ਹੀ ਮਿਲੇਗੀ, ਅਤੇ ਇਹ ਤੁਹਾਡਾ ਬੈਸਟ ਪੋਸੀਬਲ ਐਕਸਪੀਰੀਅੰਸ ਹੋਵੇਗਾ। ਅੱਜ ਹੀ ਆਪਣਾ ਅਗਲਾ ਪ੍ਰੋਗਰਾਮ ਇੱਥੇ ਕਰਾਓ। ਗੁਰਬਾਣੀ ਸਾਨੂੰ ਦੱਸਦੀ ਹੈ ਕਿ ਇਹ ਖੇਡ ਅੰਦਰ ਦੀ ਹੈ, ਪਰ ਅਸੀਂ ਅੱਜ ਕਈ ਵਾਰ ਇਹ ਸਮਝਦੇ ਹਾਂ ਕਿ ਕਰਮ ਕਾਂਡ ਕਰਕੇ ਅਸੀਂ ਰੱਬ ਦੀ ਪ੍ਰਾਪਤੀ ਕਰ ਲਾਂਗੇ, ਕਿਉਂਕਿ ਬਹੁਤ ਥਾਵਾਂ ਦੇ ਉੱਤੇ ਇਹੀ ਪ੍ਰਚਾਰਿਆ ਜਾ ਰਿਹਾ। ਇੱਥੋਂ ਤੱਕ ਕਿ ਸਾਡੇ ਗੁਰਦੁਆਰਿਆਂ ਵਿੱਚ ਵੀ ਹੁਣ ਕਈ ਵਾਰੀ ਅਸੀਂ ਦੇਖਣ ਨੂੰ ਦੇਖਦੇ ਹਾਂ ਕਿ ਇਹ ਚੀਜ਼ਾਂ ਬਹੁਤ ਪ੍ਰਚਲਿਤ ਹੋ ਰਹੀਆਂ ਨੇ। ਗੁਰਬਾਣੀ ਦਾ ਸਹੀ ਮੈਸੇਜ ਕੀ ਹੈ, ਇਸ ਮਕਸਦ ਨਾਲ ਭਾਈ ਰਾਮ ਸਿੰਘ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ, ਅਤੇ ਹੁਕਮ ਦਾ ਕੋਨਸੈਪਟ ਜੋ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ ਉਹ ਮੁੜ ਤੋਂ ਤੁਹਾਨੂੰ ਉਸ ਨਾਲ ਜੋੜਦੇ ਹਾਂ ਜੀ। ਜੀ ਭਾਈ ਸਾਹਿਬ। ਹਾਂਜੀ, ਥੈਂਕ ਯੂ ਵਿਦਿਆ। ਆਪਾਂ ਵਿਚਾਰ ਰਹੇ ਸੀ ਕਿ ਸਾਡੀ ਮੱਤ, ਸਾਡਾ ਮਨ, ਸਾਡੇ ਵਿਚਾਰ ਗੁਣਾਂ ਵਾਲੇ ਪਾਸੇ ਹੈ ਤਾਂ ਜੀਵਨ ਉੱਤਮ ਬਣੇਗਾ, ਵਿਕਾਰਾਂ ਵਾਲੇ ਪਾਸੇ ਹੈ ਤਾਂ ਨੀਚ ਬਣੇਗਾ। ਹੁਣ ਇਹਦੇ ਵਿੱਚ ਇੱਕ ਚੀਜ਼ ਜਿਹੜੀ ਤੁਸੀਂ ਕਹੀ ਇਸ ਤੋਂ ਪਹਿਲਾਂ ਕਿ ਤੁਸੀਂ ਅੱਗੇ ਚਲੋ, ਕਿਉਂਕਿ ਸਾਡਾ ਮਨ ਜਿਹੜਾ ਤੁਸੀਂ ਕਿਹਾ, ਅੱਜ ਦਾ ਜਿਹੜਾ ਇਨਵਾਇਰਮੈਂਟ ਹੈਗਾ, ਜਿਹੜਾ ਮਾਹੌਲ ਅੱਜ ਅਸੀਂ ਦੇਖ ਰਹੇ ਹਾਂ, ਜਿਸ ਦੇ ਵਿੱਚ ਕਿ ਅਸੀਂ ਬੜੀ ਛੇਤੀ ਇਨਸਾਈਟ ਹੋ ਜਾਂਦੇ ਹਾਂ, ਬੜੀ ਛੇਤੀ ਅਸੀਂ ਆਕਰਸ਼ਿਤ ਹੋ ਜਾਂਦੇ ਹਾਂ ਉਹ ਚੀਜ਼ਾਂ ਵੱਲ, ਨਾ ਚਾਹੁੰਦੇ ਹੋਏ ਵੀ, ਕਿਉਂਕਿ ਮਾਹੌਲ ਇਸ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਇੱਕ ਐਪੀਸੋਡ ਵਿੱਚ ਮੈਨੂੰ ਯਾਦ ਕਿਹਾ ਸੀ ਕਿ ਗੀਤਾਂ ਦੀ ਗੱਲ ਕੀਤੀ ਸੀ, ਅੱਜ ਜਿਸ ਤਰੀਕੇ ਦੇ ਗੀਤ ਆ ਰਹੇ ਨੇ ਉਹ ਸੁਣਨ ਨੂੰ ਬੜੇ ਸੋਹਣੇ ਲੱਗਦੇ ਨੇ, ਲੇਕਿਨ ਜੋ ਮੈਸੇਜ ਉਹਨਾਂ 'ਚੋਂ ਮਿਲ ਰਿਹਾ ਉਹ ਸਾਨੂੰ ਸ਼ਾਇਦ ਪਤਾ ਨਹੀਂ ਲੱਗ ਰਿਹਾ ਕਿ ਅੰਦਰ ਸਾਡੇ ਕੀ ਪ੍ਰਭਾਵ ਪਾ ਰਿਹਾ। ਸੋ ਕਿਸ ਤਰੀਕੇ ਨਾਲ ਇਸ ਦੇ ਵਿੱਚ ਆਪਣੇ ਆਪ ਨੂੰ ਸਟਰੋਂਗ ਬਣਾਉਣਾ, ਥੋੜ੍ਹਾ ਚਾਹਾਂਗਾ ਇਸ ਤੋਂ ਵਿੱਚ ਜ਼ਰੂਰ ਟੱਚ ਕਰੋ। ਵੀ ਜੀ, ਇਹ ਕੋਇਨਸੀਡੈਂਟ ਹੈ ਕਿ ਤੁਹਾਡੇ ਅੰਦਰ ਇਹ ਵਿਚਾਰ ਉੱਠਿਆ ਜੀ, ਔਰ ਇਸ ਪੰਕਤੀ ਦਾ ਅਗਲਾ ਅੱਧ ਇਸ ਨੂੰ ਕਨਸੈਪਟ ਨੂੰ ਕਵਰ ਕਰ ਰਿਹਾ ਜੀ। ਅਸੀਂ ਖੁਦ ਅਨ ਅਵੇਅਰ ਹਾਂ, ਜੋ ਕੁਛ ਹੋ ਰਿਹਾ ਹੈ ਉਹਦਾ ਸਾਡੇ ਤੇ, ਸਾਡੇ ਬੱਚੇ ਤੇ ਕੀ ਅਸਰ ਪੈ ਰਿਹਾ ਅਸੀਂ ਧਿਆਨ ਹੀ ਨਹੀਂ ਦੇ ਰਹੇ ਜੀ। ਮੈਂ ਇੱਕ ਐਗਜ਼ਾਮਪਲ ਦੇਵਾਂ, ਸਾਹਮਣੇ ਤੋਂ ਹਨੇਰੀ ਆ ਰਹੀ ਹੈ ਤੇ ਧੂੜ ਪੈ ਰਹੀ ਹੈ ਜੀ, ਤੇ ਤੁਹਾਡਾ ਛੋਟਾ ਜਿਹਾ ਬੱਚਾ 5-6 ਸਾਲ ਦਾ ਤੁਹਾਡੇ ਨਾਲ ਹੈ, ਤਾਂ ਉਸ ਹਨੇਰੀ ਨੂੰ ਤਾਂ ਅਸੀਂ ਹਟਾ ਨਹੀਂ ਸਕਦੇ, ਪਰ ਅਸੀਂ ਕੀ ਕਰਦੇ ਹਾਂ, ਅਸੀਂ ਇਸ ਬੱਚੇ ਦੇ ਅੱਖਾਂ ਤੇ ਹੱਥ ਰੱਖ ਲੈਂਦੇ ਹਾਂ ਠੀਕ ਵੀ ਉਹ ਹਨੇਰੀ ਇੱਧਰ ਨਾ ਆਵੇ। ਕੀ ਅਸੀਂ ਕਦੀ ਸੋਚਿਆ ਕਿ ਉੱਥੇ ਗੀਤ ਕਿਹੋ ਜਿਹੇ ਚੱਲ ਰਹੇ ਤੇ ਅਸੀਂ ਆਪਣੀ ਧੀ ਨੂੰ ਨਾਲ ਲੈ ਕੇ ਜਾ ਰਹੇ ਹਾਂ? ਨੋ। ਔਰ ਅੱਜ ਤਾਂ ਪਤਾ ਨਹੀਂ ਅਨਅਵੇਅਰ ਕਰਕੇ ਹੋ ਰਿਹਾ ਜਾਂ ਜਾਣ ਬੁੱਝ ਕੇ ਪਿੱਛੋਂ ਕੋਈ ਸ਼ਕਤੀ ਇਸ ਨੂੰ ਪ੍ਰਮੋਟ ਕਰ ਰਹੀ ਹੈ, ਛੋਟੀਆਂ ਛੋਟੀਆਂ ਬੱਚੀਆਂ ਨੂੰ ਗਾਣਿਆਂ ਦੇ ਵਿੱਚ ਉਤਸ਼ਾਹਿਤ ਕੀਤਾ ਜਾ ਰਿਹਾ ਜੀ। ਠੀਕ ਹੈ ਜੀ, ਮੈਂ ਤਾਂ ਅਕਸਰ ਇੱਕ ਗੱਲ ਕਹਿਣਾ ਵੀ ਜਦੋਂ ਆਪਾਂ ਕਹਿੰਦੇ ਪੰਜਾਬੀ ਸਿਖਾਉਣੀ ਹੈ, ਕੀ ਉਹਨੂੰ ਪੰਜਾਬੀ ਇਸ ਲਈ ਸਿਖਾਉਣੀ ਹੈ ਕਿ ਉਹਨੂੰ ਪੰਜਾਬੀ ਗਾਣੇ ਸਮਝਾ ਜਾਣ? ਪੰਜਾਬੀ ਤਾਂ ਆਪਾਂ ਇਸ ਲਈ ਸਿਖਾਉਣੀ ਸੀ ਤਾਂ ਕਿ ਉਹਨੂੰ ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਸਕ੍ਰਿਪਟ ਉਸਨੂੰ ਉਹ ਸਮਝ ਸਕੇ, ਹੈ ਨਾ। ਤਾਂ ਹੁਣ ਅਗਲੀ ਇਸ ਪੰਕਤੀ ਦੇ ਅੱਧ ਵਿੱਚ ਨਾ ਇੱਕ ਬੜੀ ਕਮਾਲ ਦੀ ਚੀਜ਼ ਹੈ ਜਿਹੜੀ ਇਸ ਨੂੰ ਕਵਰ ਕਰੇਗੀ। ਹੁਣ ਪਹਿਲਾਂ ਸੀ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ। ਲਿਖ ਸ਼ਬਦ ਨੂੰ ਸਮਝੀਏ, ਕੁਛ ਸ਼ਬਦ ਆਪਾਂ ਧਰਮ ਦੀ ਦੁਨੀਆਂ 'ਚ ਵਰਤਦੇ ਹਾਂ, ਆਪਣੇ ਜਿਉਂ ਜਿਉਂ ਐਪੀਸੋਡ ਚੱਲਣਗੇ ਜਿੱਥੇ ਜਿੱਥੇ ਆਏਗਾ ਆਪਾਂ ਉੱਥੇ ਡਿਸਕਸ ਕਰਾਂਗੇ, ਤਾਂ ਕਿ ਜਿਹੜੀ ਸੰਗਤ ਪਾਠ ਕਰਦੇ ਹੈ, ਪਿਆਰੇ ਪਾਠ ਕਰਦੇ ਨੇ, ਉਹ ਇਸ ਨੂੰ ਸਮਝ ਸਕਣ। ਇੱਕ ਸ਼ਬਦ ਆਉਂਦਾ ਧੁਰ ਹਿਰਦੇ ਦੇ ਲੇਖ,
ਮੇਰਾ ਖਿਆਲ ਹੈ ਵੀ 99% ਉਹ ਜਦੋਂ ਸਮਝ ਨਹੀਂ ਹੁੰਦੀ ਉਹ ਸੋਚਦੇ ਵੀ ਪਿੱਛੇ ਤੋਂ ਰੱਬ ਨੇ ਲਿਖੇ ਹੋਏ ਜੀ। ਧੁਰ ਲੇਖ ਜਿਹੜੇ ਨੇ ਹਿਰਦੇ ਦੇ ਲੇਖ, ਉਹ ਹੈ ਹਿਰਦੇ ਦੀਆਂ ਵਾਸ਼ਨਾਵਾਂ। ਜਿਹੜਾ ਬੱਚਾ ਝੌਂਪੜੀ ਵਿੱਚ ਪੈਦਾ ਹੋਇਆ ਜੀ, ਉਹਦੇ ਅੰਦਰ ਅੱਜ ਨਹੀਂ ਇਹ ਵਾਸ਼ਨਾ ਕਿ ਮੈਂ ਕਾਰ ਲੈ ਲਵਾਂ, ਮੇਰੇ ਕੋਲ ਵੱਡੀ ਕਾਰ ਹੋਏਗੀ, ਵਾਸ਼ਨਾ ਹੀ ਨਹੀਂ ਹੈ, ਇਹ ਲਿਖਿਆ ਹੀ ਨਹੀਂ ਹੈ। ਕੱਲ੍ਹ ਨੂੰ ਉਹ ਝੌਂਪੜੀ 'ਚ ਪੈਦਾ ਹੋਇਆ, ਗਰੀਬੀ ਦਾ ਮਾਰਿਆ ਹੋਇਆ ਚੋਰੀਆਂ ਕਰਨ ਲੱਗ ਪਿਆ, ਪੈਸੇ ਕਮਾਉਣ ਲੱਗ ਪਿਆ, ਤਾਂ ਨਵੀਂ ਵਾਸ਼ਨਾ ਪੈਦਾ ਹੋ ਗਈ, ਮੈਂ ਵੀ ਵਧੀਆ ਵਧੀਆ ਕਾਰ ਰੱਖਾਂ, ਹੈ ਨਾ। ਪਰ ਤਰੀਕਾ ਗਲਤ ਸੀ। ਤਾਂ ਉਹ ਜਿਹੜੀ ਹਿਰਦੇ ਦੀਆਂ ਵਾਸ਼ਨਾਵਾਂ ਹਿਰਦੇ ਦੇ ਲੇਖ ਹੈ, ਉਸ ਤੋਂ ਬਾਅਦ ਉਹਦੇ ਅੰਦਰ ਬਣਦੀ ਹੈ ਸੋਚ, ਜਿਹੜੀ ਸੋਚ ਹੈ ਉਹ ਮੱਥੇ ਦੇ ਲੇਖ ਹੈ ਜੀ, ਇਹਨੂੰ ਸਮਝਿਓ। ਔਰ ਸਾਨੂੰ ਸਤਿਗੁਰੂ ਜੀ ਨੇ ਕਿਹਾ ਬਾਣੀ ਨਿਤ ਪੜ੍ਹਨੀ ਹੈ, ਨਿਤਨੇਮ ਵਿੱਚ ਇਹ ਬਾਣੀ ਦੇ ਦਿੱਤੀ, ਅੰਮ੍ਰਿਤ ਛਕਾਉਣ ਵੇਲੇ ਇਹ ਬਾਣੀ ਦੇ ਦਿੱਤੀ। ਇਹਦਾ ਮਤਲਬ ਅੱਜ ਅਸੀਂ ਅਵੇਅਰ ਹੋਣਾ ਸੀ ਕਿ ਅਸੀਂ ਕਦੀ ਵਾਚ ਆਊਟ ਕਰ ਰਹੇ ਹਾਂ ਕਿ ਅਸੀਂ ਜੋ ਕੁਛ ਕਰ ਰਹੇ ਹਾਂ ਸਾਡੇ ਬੱਚੇ ਦੇ ਲੇਖ ਬਣ ਰਹੇ ਨੇ, ਬੱਚੇ ਦੀ ਸੋਚ ਬਣ ਰਹੀ ਹੈ। ਸਾਨੂੰ ਉਹ ਸੋਚ ਮਸਤਕ ਦੀ ਲੇਖ ਦਾ ਨਾ ਪਤਾ ਹੋਣ ਕਰਕੇ ਅਸੀਂ ਸੋਚ ਹੀ ਨਹੀਂ ਰਹਿ ਕੇ ਇਹਦੇ ਅੰਦਰ ਇੰਸਟਾਲ ਕੀ ਹੋ ਰਿਹਾ ਜੀ। ਜਿਵੇਂ ਆਪਾਂ ਪਿੱਛੇ ਇੱਕ ਐਪੀਸੋਡ 'ਚ ਦੇਖਿਆ ਸੀ, ਜਿੱਥੇ ਨੱਚਣਾ ਟੱਪਣਾ ਹੈ ਉੱਥੇ ਜਾਣਾ ਹੋਵੇ ਸਾਡੇ ਅੰਦਰ ਕਿਤਨੀ ਐਕਸਾਈਟਮੈਂਟ ਹੈ, ਅਤੇ ਜਿੱਥੋਂ ਸਾਨੂੰ ਜ਼ਿੰਦਗੀ ਦਾ ਤੱਤ ਸਿੱਖਣ ਨੂੰ ਮਿਲਦਾ ਉੱਥੇ ਸਾਡੇ ਅੰਦਰ ਐਕਸਾਈਟਮੈਂਟ ਨਹੀਂ ਹੈ। ਤਾਂ ਉਹ ਸਾਡੇ ਅੰਦਰ ਸੋਚ ਮਸਤਕ ਦੇ ਲੇਖ ਬਣੇ ਹੋਏ ਨੇ, ਸੇਮ ਅਸੀਂ ਇੰਸਟਾਲ ਕਰ ਰਹੇ ਹਾਂ। ਤਾਂ ਰੱਬ ਦਾ ਅੰਦਰ ਪ੍ਰੋਸੈਸ ਹੈ ਜਿਹਦੇ ਨਾਲ ਸਾਡੇ ਅੰਦਰ ਇਹ ਸੋਚ ਰੂਪੀ ਲੇਖ ਲਿਖੇ ਜਾ ਰਹੇ ਨੇ ਜੀ। ਇਹਦੇ ਵਿੱਚੋਂ ਮਿਲਦਾ ਕੀ ਹੈ? ਦੁੱਖ ਸੁੱਖ ਪਾਈ ਹੈ, ਦੁੱਖ ਅਤੇ ਸੁੱਖ। ਮੇਰੇ ਖਿਆਲ ਵਿੱਚ ਅੱਜ ਪੇਰੈਂਟਸ ਨੂੰ ਇੱਕ ਹੋਰ ਵੀ ਧਿਆਨ ਰੱਖਣਾ ਪਏਗਾ, ਕਿਸੇ ਨਾਲ ਵਿਚਾਰ ਨਹੀਂ ਰਲਦੇ, ਵਿਚਾਰ ਨਾਲ ਰਲਣ ਕਰਕੇ ਸਾਡੀ ਅਣਬਣ ਹੋ ਜਾਂਦੀ ਹੈ ਜੀ, ਇੱਕ ਨੈਚੁਰਲ ਪ੍ਰੋਸੈਸ ਹੈ, ਇਹ ਤੋਂ ਆਪਾਂ ਬਚ ਨਹੀਂ ਸਕਦੇ, ਹੋ ਗਿਆ। ਪਰ ਉਹਨੂੰ ਬੱਚਿਆਂ ਦੇ ਸਾਹਮਣੇ ਡਿਸਕਸ ਨਹੀਂ ਕਰਨਾ ਚਾਹੀਦਾ, ਰਾਈਟ। ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਸਾਡੀ ਉਹਨਾਂ ਨਾਲ ਨਹੀਂ ਬਣਦੀ, ਜਦੋਂ ਅਸੀਂ ਡਿਸਕਸ ਕਰਾਂਗੇ ਤਾਂ ਅਸੀਂ ਨੈਗੇਟਿਵਿਟੀ ਡਿਸਕਸ ਕਰਾਂਗੇ, ਤਾਂ ਸਾਡੀ ਉਹ ਜਿਹੜੀ ਹੈ ਉਹ ਜ਼ਹਿਰ ਬੱਚੇ ਅੰਦਰ ਭਰੀ ਜਾਏਗੀ। ਇਸੇ ਤਰ੍ਹਾਂ ਬਹੁਤ ਕੁਛ ਐਸਾ ਹੈ ਕਿ ਅਸੀਂ ਬੱਚੇ ਕੋਲ ਡਿਸਕਸ ਕਰਨਾ ਕਿ ਨਹੀਂ ਕਰਨਾ, ਉਹਦੇ ਲਈ ਸਾਨੂੰ ਇਹ ਪ੍ਰੋਸੈਸ ਵਿੱਚੋਂ ਦੇਖਣਾ ਪਵੇਗਾ। ਔਰ ਜਿਉਂ ਜਿਉਂ ਅਸੀਂ ਗੁਰਬਾਣੀ ਨੂੰ ਅੱਗੇ ਵਿਚਾਰਦੇ ਜਾਵਾਂਗੇ ਸਾਨੂੰ ਪਤਾ ਲੱਗਦਾ ਜਾਏਗਾ ਇਸ ਚੀਜ਼ ਦੇ ਵਿੱਚੋਂ ਆਹ ਦੁੱਖ ਨਿਕਲੇਗਾ, ਇਸ ਚੀਜ਼ ਦੇ ਵਿੱਚੋਂ ਆਹ ਦੁੱਖ ਸੁੱਖ ਨਿਕਲੇਗਾ ਜੀ। ਹੁਣ ਇੱਕ ਹੋਰ ਐਗਜ਼ਾਮਪਲ ਦੇਵਾਂ, ਸਲੈਂਡਰਿੰਗ, ਨਿੰਦਾ, ਇਹ ਮਨ ਦੀ ਹੈਬਿਟ ਹੈ, ਕੁਛ ਵੀ ਨਹੀਂ। ਇੱਕ ਮਨ ਨੂੰ ਇਹ ਲੱਗਦਾ ਹੈ ਜਦੋਂ ਉਹ ਤਿੰਨ ਚਾਰ ਜਾਣਿਆਂ ਨੂੰ ਨੈਗੇਟਿਵ ਨੈਗੇਟਿਵ ਵਿਚਾਰੇਗਾ ਉਹਨੂੰ ਲੱਗਦਾ ਮੈਂ ਚੰਗਾ, ਅਤੇ ਉਹ ਇੱਕ ਆਦਤ ਬਣ ਗਈ। ਉਸ ਆਦਤ ਦਾ ਇੱਕ ਰਿਜ਼ਲਟ ਕੀ ਹੈ? ਇਹਦੇ ਪਿੱਛੇ ਇੱਕ ਪ੍ਰੋਸੈਸ ਦੇਖੋ, ਜਿਹੜੀ ਨਿੰਦਾ ਹੈ ਕਦੀ ਵੀ ਮੂੰਹ 'ਤੇ ਨਹੀਂ ਹੁੰਦੀ, ਪਿੱਠ ਪਿੱਛੇ ਹੁੰਦੀ ਹੈ। ਬਿਲਕੁਲ। ਵੈਸੇ ਤਾਂ ਇੱਕ ਸਿਆਣੇ ਸੱਜਣ ਨੇ ਕਿਹਾ, ਕਹਿੰਦੇ ਜਿੱਥੇ ਕਿਸੇ ਦੀ ਨੈਗੇਟਿਵ ਗੱਲਾਂ ਕੀਤੀਆਂ ਜਾਂਦੀਆਂ ਨੇ ਉੱਥੇ ਵਿੱਚ ਇਨਵੋਲਵ ਨਾ ਹੋਵੋ, ਜਦੋਂ ਤੁਸੀਂ ਚਲੇ ਗਏ ਤੁਹਾਡੀਆਂ ਵੀ ਕਰਨਗੇ, ਕਿਉਂਕਿ ਉਹ ਤਾਂ ਇੱਕ ਆਦਤ ਬਣੀ ਹੋਈ ਹੈ। ਉਹ ਗੱਲ ਘੁੰਮ ਕੇ ਆ ਕੇ ਕੀ ਹੁੰਦੀ ਹੈ ਕਿ ਰਿਸ਼ਤਾ ਤੋੜ ਦਿੰਦੀ ਹੈ, ਤਾਂ ਕੀ ਨਿਕਲਿਆ ਵਿੱਚੋਂ? ਦੁੱਖ। ਦੁੱਖ ਕਿੱਥੋਂ ਨਿਕਲਿਆ? ਮਸਤਕ ਦੀ ਸੋਚ ਵਿੱਚੋਂ। ਹੁਣ ਇੱਕ ਬੰਦੇ ਦੀ ਇੱਕ ਹੋਰ ਇਹਦੇ ਆਪੋਜਿਟ ਐਗਜ਼ਾਮਪਲ ਦੇਵਾਂ, ਉਹਦੀ ਆਪਸ ਵਿੱਚ ਬਣਦੀ ਨਹੀਂ, ਅਣਬਣ ਹੋ ਗਈ, ਪਰ ਉਹ ਬੰਦਾ ਕਹਿੰਦਾ ਠੀਕ ਹੈ ਯਾਰ ਅਣਬਣ ਹੋ ਗਈ, ਪਰ ਮੈਂ ਉਹਦੇ ਪ੍ਰਤੀ ਨਫ਼ਰਤ ਨਹੀਂ ਕਰਨੀ। ਕਿਸੇ ਥਾਂ 'ਤੇ ਉਹ ਬੰਦਾ ਨਹੀਂ ਹੈ, ਉਹਦੀਆਂ ਗੱਲਾਂ ਚੱਲ ਰਹੀਆਂ ਨੇ ਜੀ। ਹੁਣ ਹੈ ਤਾਂ ਇਹਦੀ ਅਣਬਣ, ਪਰ ਇਹ ਉਹਦੀਆਂ ਵਡਿਆਈਆਂ ਕਰ ਰਿਹਾ। ਕਹਿੰਦਾ ਦੇਖੋ ਜੀ, ਉਹ ਬੰਦੇ ਦੇ ਕੋਲ ਆਹ ਗੁਣ ਹੈ, ਉਹਨੇ ਤਿੰਨ ਚਾਰ ਗੱਲਾਂ ਉਹਦੇ ਗੁਣਾਂ ਦੀਆਂ ਕੀਤੀਆਂ, ਇਹਦੀ ਸੋਚ ਗੁਣਾਂ ਵਾਲੀ ਹੈ, ਉਹਦੇ ਨਾਲ ਬਣਦੀ ਨਹੀਂ ਹੈ, ਉਹਦੇ ਗੁਣਾਂ ਦੀ ਗੱਲ ਕੀਤੀ, ਤਾਂ ਇਹ ਗੱਲ ਘੁੰਮ ਕੇ ਉਹਦੇ ਕੋਲ ਗਈ। ਬੰਦਾ ਕਹਿੰਦਾ ਯਾਰ ਕਮਾਲ ਹੈ, ਮੈਂ ਤਾਂ ਸੋਚਦਾ ਸੀ ਉਹ ਮੇਰੇ ਬਾਰੇ ਬੁਰਾ ਖਿਆਲ ਰੱਖਦਾ, ਉਹ ਤਾਂ ਚੰਗੇ ਖਿਆਲ ਰੱਖਦਾ, ਤਾਂ ਹੋਇਆ ਕਿ ਰਿਸ਼ਤਾ ਜੁੜ ਗਿਆ। ਸੁੱਖ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈ। ਇਸ ਪ੍ਰੋਸੈਸ ਦੇ ਦੋ ਪੱਖ ਨੇ, ਇੱਕ ਆਹ ਹੈ ਗੁਣਾਂ ਵਾਲਾ ਪੱਖ, ਇੱਕ ਦੂਸਰਾ ਹੈ ਔਗੁਣਾਂ ਵਾਲਾ ਪੱਖ ਜੀ। ਇਸ ਪਾਸੇ ਤੁਰਨ ਵਾਲੇ ਦੀ ਝੋਲੀ ਹਿਰਦੇ ਦੀ ਝੋਲੀ 'ਚ ਬਖਸ਼ਿਸ਼ ਪੈ ਗਈ, ਇਸ ਪਾਸੇ ਤੁਰਨ ਵਾਲਾ ਸਾਰੀ ਜ਼ਿੰਦਗੀ ਭਟਕਦਾ ਰਿਹਾ, ਕੋਈ ਪ੍ਰਾਪਤੀ ਨਾ ਹੋਈ। ਹੁਕਮੀ ਸਦਾ ਪਵਾਈ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ। ਨਿਜ਼ਮ ਦੋਨਾਂ 'ਤੇ ਲਾਗੂ ਹੋਏਗਾ। ਇੱਕ ਗੁੱਡ ਡਰਾਈਵਰ ਹੈ, ਰੂਲਸ ਨੂੰ ਫੋਲੋ ਕਰ ਰਿਹਾ, ਉਹਦੇ 'ਤੇ ਨਿਯਮ ਕੀ ਲਾਗੂ ਹੁੰਦਾ ਹੈ ਕਿ ਗੁੱਡ ਡਰਾਈਵਰ ਹੈ, ਉਹਨੂੰ ਮਿਲਣਾ ਕੁਛ ਨਹੀਂ, ਵਡਿਆਈ ਮਿਲੀ ਹੈ ਉਸ। ਇੱਕ ਜਿਹੜਾ ਉਲੰਘਣਾ ਕਰ ਰਿਹਾ ਤਾਂ ਉਹਦੇ 'ਤੇ ਪਨਿਸ਼ਮੈਂਟ ਦਾ ਰੂਲ ਲਾਗੂ ਹੁੰਦਾ। ਉਹ ਚਾਹੇ ਤਾਂ ਗੁੱਡ ਡਰਾਈਵਰ ਬਣ ਕੇ ਗੱਡੀ ਚਲਾਵੇ, ਚਾਹੇ ਬੈਡ ਡਰਾਈਵਰ ਬਣ ਕੇ ਚਲਾਵੇ, ਕਾਨੂੰਨ 'ਤੇ ਲਾਗੂ ਦੋਨਾਂ 'ਤੇ ਹੀ ਹੋਏਗਾ। ਇਸੇ ਤਰ੍ਹਾਂ ਰੱਬ ਦਾ ਬਣਾਇਆ ਹੋਇਆ ਹੁਕਮ
ਹਰ ਇੱਕ 'ਤੇ ਜਿਹੜਾ ਹੈ ਉਹ ਲਾਗੂ ਹੋ ਰਿਹਾ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ, ਉਹਦੇ ਨਿਜ਼ਮ ਤੋਂ ਬਾਹਰ ਕੋਈ ਨਹੀਂ ਜਾ ਸਕਦਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੀ ਜ਼ਬਾਨ ਦੇ ਬੋਲਾਂ ਤੋਂ ਸਾਨੂੰ ਅਵੇਅਰ ਕੀਤਾ, ਸੁਚੇਤ ਕੀਤਾ। ਸਿੱਖ ਦੇ ਅਰਥ ਹੈ ਸੁਚੇਤ। ਤੂੰ ਸੋਚ ਸੋਚ ਕੇ ਬੋਲੀ, ਤੇਰਾ ਇੱਕ ਵੀ ਬੋਲਿਆ ਹੋਇਆ ਬੋਲ ਦੁੱਖ ਵੀ ਦੇ ਸਕਦਾ, ਇੱਕ ਵੀ ਬੋਲਿਆ ਹੋਇਆ ਬੋਲ ਸੁੱਖ ਵੀ ਦੇ ਸਕਦਾ। ਇਹਨਾਂ ਬੋਲਾਂ ਨਾਲ ਬਖਸ਼ਿਸ਼ ਵੀ ਮਿਲਦੀ ਹੈ, ਇਹਨਾਂ ਬੋਲਾਂ ਨਾਲ ਭਟਕਣਾ ਵੀ ਮਿਲਦੀ ਹੈ। ਸੁਣਨ ਲੱਗਿਆਂ ਧਿਆਨ ਰੱਖੀ, ਕੁਛ ਸੁਣਨਾ ਐਸਾ ਜਿਹਦੇ ਵਿੱਚੋਂ ਸੁੱਖ ਨਿਕਲਣਗੇ, ਕੁਛ ਸੁਣਨਾ ਐਸਾ ਜਿਹਦੇ 'ਚੋਂ ਦੁੱਖ ਨਿਕਲਣਗੇ, ਪਰ ਉਹਦੇ ਨਿਜ਼ਮ ਲਾਗੂ ਹੋਏਗਾ, ਉਸ ਨਿਜ਼ਮ ਤੋਂ ਬਾਹਰ ਨਹੀਂ। ਅਖੀਰਲੀ ਪੰਕਤੀ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਜੇ ਉਸ ਨਿਜ਼ਮ ਨੂੰ ਬੁੱਝ ਗਿਆ, ਬੁੱਝ ਕੀ ਗਿਆ ਭਾਵ ਉਹ ਅਵੇਅਰ ਹੋ ਗਿਆ, ਉਹਨੂੰ ਪਤਾ ਲੱਗ ਗਿਆ ਕਿ ਹੁਣ ਦੇਖੋ ਬੜੇ ਵਾਰੀ ਬਿਜ਼ਨਸ ਦੇ ਵਿੱਚ ਜਾਂ ਉਹਦੀ ਜੋਬ 'ਤੇ ਉਹਦੇ ਬੌਸ ਪ੍ਰਤੀ ਜਾਂ ਉਹਦੇ ਕਸਟਮਰ ਪ੍ਰਤੀ ਉਹਨੂੰ ਗੁੱਸਾ ਆ ਗਿਆ ਜੀ, ਪਰ ਉਹਨੂੰ ਅੰਦਰੋਂ ਅੰਦਰ ਹੀ ਪਤਾ ਲੱਗ ਗਿਆ ਵੀ ਜੇ ਮੈਂ ਹੁਣ ਇੱਥੇ ਬੋਲ ਬੈਠਾ ਨਾ ਮੇਰੀ ਜੋਬ ਗਈ, ਇਹਦਾ ਮਤਲਬ ਹੁਕਮ ਤਾਂ ਬੁੱਝ ਗਿਆ, ਉਹ ਨਿਜ਼ਮ ਨੂੰ ਬੁੱਝ ਗਿਆ ਵੀ ਜੇ ਇੱਥੇ ਮੈਂ ਬੋਲਾਂਗਾ ਮੇਰੀ ਨੁਕਸਾਨ ਹੋਏਗਾ, ਮੇਰੀ ਜੋਬ ਗਈ। ਤੇ ਜੇ ਉਹ ਹਰ ਵਕਤ ਹੀ ਬੁੱਝ ਜਾਵੇ, ਜਿਹਦਾ ਰੂਟ ਕੌਜ਼ ਹੀ ਬੁੱਝ ਜਾਵੇ ਕਿ ਇਹ ਮੈਂ ਜਿੱਥੇ ਵੀ ਇਸ ਤਰ੍ਹਾਂ ਕਰਾਂਗਾ ਤੇ ਮੇਰੇ ਲਈ ਨੁਕਸਾਨ ਹੀ ਹੋਏਗਾ, ਤਾਂ ਇਹਦਾ ਮਤਲਬ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਨਿਜ਼ਮ ਨੇ ਜੋ ਗੁਰਬਾਣੀ, ਯਾਨੀ ਇਹਨੂੰ ਇੱਕ ਹੋਰ ਤਰੀਕੇ ਨਾਲ ਮੈਂ ਕਹਿਣਾ ਚਾਹਾਂਗਾ, ਜਿਤਨੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਟੀਚਿੰਗਸ ਨੇ, ਮੈਂ ਤਾਂ ਕਹਾਂਗਾ ਅੱਜ ਲੋੜ ਹੈ ਅਰਥਾਂ ਸਮੇਤ ਸਹਿਜ ਪਾਠ ਕਾਪੀ ਪੈਨ ਲੈ ਕੇ ਕਰਦੇ ਹਾਂ ਨਾ, ਲਿਖਿਆ ਜਾਵੇ ਕਿਹੜੀਆਂ ਸਿੱਖਿਆਵਾਂ ਡੂ, ਕਿਹੜੀਆਂ ਸਿੱਖਿਆਵਾਂ ਡੋਂਟ ਡੂ। ਡੋਂਟ ਡੂ ਵਾਲੀਆਂ ਸਿੱਖਿਆਵਾਂ ਉਹ ਨੇ ਜਿਹਦੇ ਵਿੱਚੋਂ ਦੁੱਖ ਮਿਲਣਾ ਹੈ, ਨਾ ਕਰੀ। ਡੂ ਵਾਲੀਆਂ ਸਿੱਖਿਆਵਾਂ ਉਹ ਨੇ ਜਿਹਦੇ ਵਿੱਚੋਂ ਸੁੱਖ ਮਿਲਣਾ। ਡੂ ਦੇ ਪਾਰਟ 'ਚ ਆਉਣ ਵਾਲੀਆਂ ਸਿੱਖਿਆਵਾਂ ਵਿੱਚੋਂ ਤੈਨੂੰ ਬਖਸ਼ਿਸ਼ ਮਿਲਣੀ ਹੈ, ਡੋਂਟ ਡੂ ਵਾਲੀਆਂ 'ਚੋਂ ਤੈਨੂੰ ਭਟਕਣਾ ਮਿਲਣੀ ਹੈ। ਹੁਣ ਉਹ ਜਿਹੜੀ ਤੁਸੀਂ ਕਰਮ ਕਾਂਡ ਦੀ ਗੱਲ ਕੀਤੀ, ਇੱਥੇ ਉਹ ਗੱਲ ਬੜੀ ਵਧੀਆ ਨਿਖਰਦੀ ਹੈ। ਹੁਣ ਉਹ ਬਾਣੀ 'ਤੇ ਪੜ੍ਹ ਲਈ ਹੈ ਜੀ, ਪਰ ਉਹਦੇ ਵਿੱਚ ਜਿਹੜਾ ਡੋਂਟ ਡੂ ਦੀਆਂ ਸਿੱਖਿਆਵਾਂ ਦਿੱਤੀਆਂ ਉਹ ਕਰੀ ਜਾ ਰਹੇ, ਹੈ ਨਾ। ਫਿਰ ਉਹਨੇ ਬਾਣੀ 'ਤੇ ਪੜ੍ਹ ਲਈ ਹੈ, ਜਿਹੜੀਆਂ ਉਹ 'ਚ ਡੂ ਵਾਲੀਆਂ ਸਿੱਖਿਆਵਾਂ ਨੇ ਉਹ ਕਰ ਨਹੀਂ ਰਿਹਾ। ਰਾਈਟ, ਇਹਦਾ ਮਤਲਬ ਉਹਨੂੰ ਖੁਦ ਹੀ ਨਹੀਂ ਪਤਾ ਲੱਗਿਆ ਮੈਂ ਪੜ੍ਹਿਆ ਕੀ। ਯਾਨੀ ਇੱਕ ਨਿਊਜ਼ ਆਈ, ਨਿਊਜ਼ ਦੇ ਵਿੱਚ ਲਿਖਿਆ ਕਿ ਕੱਲ੍ਹ ਨੂੰ ਥੰਡਰਿੰਗ ਜੀ ਜਾਂ ਭੂਚਾਲ ਆ ਸਕਦਾ, ਅਰਥਕੁਇਕ ਆ ਸਕਦਾ, ਠੀਕ ਹੈ ਆ ਗਿਆ। ਪਰ ਉਹਨੇ ਕੋਈ ਆਪਣੇ ਆਪ ਨੂੰ ਦੇਖਿਆ ਨਹੀਂ, ਇੱਕ ਪਾਸੇ ਕਿਹਾ ਅਰਥਕੁਇਕ ਆ ਸਕਦਾ, ਖੁਦ ਉਹ ਕੁਛ ਵੀ ਨਹੀਂ ਉਹਦਾ ਉਹਨੇ ਕੀਤਾ। ਇਹਦਾ ਮਤਲਬ ਇਹਨੇ ਨਿਊਜ਼ ਪੜ੍ਹੀ ਹੈ, ਉਹਦੇ 'ਤੇ ਐਕਸ਼ਨ ਨਹੀਂ ਲਿਆ, ਜਾਂ ਇਹਨੂੰ ਸਮਝ ਨਹੀਂ ਆਈ, ਹੈ ਨਾ, ਅਤੇ ਜਾਂ ਇਹਨੇ ਸੋਚਿਆ ਹੀ ਨਹੀਂ ਕਿ ਇਸ ਦੀ ਲੋੜ ਹੈ। ਰਾਈਟ, ਇਸੇ ਤਰ੍ਹਾਂ ਗੁਰਬਾਣੀ ਦੀਆਂ ਸਿੱਖਿਆਵਾਂ ਸਾਨੂੰ ਦੱਸਦੀਆਂ ਨੇ ਕਿ ਜੇ ਤੂੰ ਆਹ ਕਰੇਗਾ ਤਾਂ ਤੇਰੀ ਜ਼ਿੰਦਗੀ 'ਚ ਦੁੱਖਾਂ ਦੇ ਭਟਕਣਾਂ ਦੇ ਭੁਚਾਲ ਆ ਜਾਣਗੇ। ਸੋ ਡੂਜ਼ ਐਂਡ ਡੋਂਟਸ ਦਾ ਜਿਹੜਾ ਹੈਗਾ ਕੋਨਸੈਪਟ ਗੁਰਬਾਣੀ ਸਾਨੂੰ ਉਪਦੇਸ਼ ਕਰ ਰਹੀ ਹੈ, ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਪਰ ਜੇਕਰ ਅਸੀਂ ਇਹ ਸਮਝ ਆਈਏ ਤਾਂ ਸਾਡੇ ਉਸ ਸੁਭਾਅ ਦੇ ਵਿੱਚ ਚੇਂਜ ਆ ਜਾਏ ਤਾਂ ਉਸ ਹੁਕਮ ਨੂੰ ਅਸੀਂ ਬੁੱਝ ਲਾਂਗੇ ਜਿਹੜਾ ਕਿ ਗੁਰੂ ਕਹਿ ਰਿਹਾ ਹੈ। ਇਸੀ ਸਫ਼ਰ ਨੂੰ ਅੱਗੇ ਅਗਲੇ ਹਫ਼ਤੇ ਕੰਟੀਨਿਊ ਰੱਖਾਂਗੇ ਜੀ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਭਾਈ ਸਾਹਿਬ ਇੱਕ ਵੈਬਸਾਈਟ ਵੀ ਚਲਾਉਂਦੇ ਨੇ sikhcommunity.net, ਜਿੱਥੇ ਕਿ ਸਾਰੇ ਐਪੀਸੋਡਸ ਤੁਸੀਂ ਆਰਕਾਈਵ ਕੀਤੇ ਗਏ ਨੇ, ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਨੌਲੇਜਬਲ ਉਹ ਤੁਹਾਨੂੰ ਮਿਲ ਸਕਦੀ ਹੈ। ਯੂਟਿਊਬ 'ਤੇ ਜਾ ਕੇ ਵੀ ਤੁਸੀਂ ਸਾਰੇ ਪੁਰਾਣੇ ਐਪੀਸੋਡਸ ਦੇਖ ਸਕਦੇ ਹੋ। ਇੱਕ ਬੇਨਤੀ ਹੈ, ਗੁਰਗਿਆਨ ਸਮੁੰਦਰ ਸੀਰੀਜ਼ ਜੋ ਅਸੀਂ ਸ਼ੁਰੂ ਕੀਤੀ ਹੈ, ਕਿ ਆਓ ਸਾਰੇ ਰਲ ਮਿਲ ਕੇ, ਇਹ ਨਹੀਂ ਕਿ ਅਸੀਂ ਸਾਰਾ ਕੁਝ ਜਾਣਦੇ ਹਾਂ, ਜਿਸ ਤਰ੍ਹਾਂ ਭਾਈ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ ਇਸ ਨੂੰ ਐਜ਼ ਅ ਫਾਈਨਲ ਟੈਸਟਮੈਂਟ ਨਹੀਂ ਸਮਝ ਲੈਣਾ। ਇਹ ਤਾਂ ਇੱਕ ਕੋਸ਼ਿਸ਼ ਹੈ ਕੁਝ ਸਮਝਣ ਦੀ। ਜੇਕਰ ਤੁਸੀਂ ਵੀ ਐਡ ਔਨ ਕਰ ਸਕੋ ਤਾਂ ਜ਼ਰੂਰ ਸੰਪਰਕ ਕਰੋ, ਅਤੇ ਇਹ ਸਾਰੇ ਐਪੀਸੋਡਸ ਦੁਬਾਰਾ ਵੀ ਦੇਖਣਾ ਚਾਹੋ ਤਾਂ youtube.com/harpreetsingshow ਤੇ ਜਾ ਕੇ ਦੇਖ ਸਕਦੇ ਹੋ। ਤੁਹਾਡਾ ਸਭ ਦਾ ਧੰਨਵਾਦ ਹੈ ਕਿ ਸਮਾਂ ਕਰਕੇ ਤੁਸੀਂ ਪ੍ਰੋਗਰਾਮ ਦੇਖਦੇ ਹੋ। ਪਿਛਲੇ 7 ਸਾਲਾਂ ਤੋਂ ਨਿਰੰਤਰ ਤੁਹਾਡੇ ਘਰਾਂ ਵਿੱਚ ਹਰ ਰੋਜ਼ ਆ ਕੇ ਅਸੀਂ ਗੁਰਬਾਣੀ ਬਾਰੇ ਗੱਲਬਾਤ ਕਰ ਰਹੇ ਹਾਂ, ਅਤੇ ਤੁਹਾਡੇ ਸਹਿਯੋਗ ਕਾਰਨ ਹੀ ਇਹ ਪ੍ਰੋਗਰਾਮ ਚੱਲ ਰਿਹਾ ਹੈ। ਇਸ ਨੂੰ ਹੋਰ ਅੱਗੇ ਚਲਾਉਣ ਵਾਸਤੇ ਤੁਹਾਡੀ ਸਹਾਇਤਾ ਦੀ ਲੋੜ ਹੈ। ਜ਼ਰੂਰ ਸੰਪਰਕ ਕਰਨਾ ਕੋਈ ਵੀ ਇਨਫੋਰਮੇਸ਼ਨ ਲੈ ਦੇਣ ਲਈ, ਕਿ ਤੁਸੀਂ ਇਸ ਨੂੰ ਸਪੋਂਸਰ ਕਰਨਾ ਚਾਹੋ ਪ੍ਰੋਗਰਾਮ ਨੂੰ, ਇਸ ਸੈਗਮੈਂਟ ਨੂੰ ਜਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਹੋਰ ਸੈਗਮੈਂਟ ਨੂੰ। ਸੋ ਸੰਪਰਕ ਕਰ ਸਕਦੇ ਹੋ 604-603-7555। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।